ਪਿੱਛੇ ਡੱਕ ਕੇ, ਸਿਰਫ ਇਸ ਕਰਕੇ ਕਿਉਂਕਿ ਅੱਜ ਪੂਰੇ ਮੁਲਕ ਦੇ ਵਿੱਚ ਇੱਕੋ ਇੱਕ ਆਮ ਆਦਮੀ ਪਾਰਟੀ ਹੈ ਜਿਹੜੀ ਭਾਜਪਾ ਦੇ ਖਿਲਾਫ, ਨਰਿੰਦਰ ਮੋਦੀ ਦੇ ਖਿਲਾਫ ਤਗੜੇ ਹੋ ਕੇ ਲੜਾਈ ਲੜ ਰਹੀ ਹੈ। ਅਤੇ ਪਹਿਲੀ ਵਾਰ ਹੋਇਆ ਕਿ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਜਿਹੜੇ ਵਿਰੋਧੀ ਧਿਰਾਂ ਦੇ ਆਗੂ ਹੈ, ਜਿਹੜੇ ਲੜਾਈ ਲੜਨ ਵਾਲੇ ਹੈ, ਉਹ ਤਰੱਕੀ ਤਰੱਕੀ ਖਿਲਾਫਾਂ ਦੇ ਪਿੱਛੇ ਦਿੱਤਾ ਜਾ ਰਿਹਾ। ਸਿਰਫ ਇਸ ਕਰਕੇ ਕਿਉਂਕਿ ਅੱਜ ਪੂਰੇ ਮੁਲਕ ਦੇ ਵਿੱਚ ਇੱਕੋ ਇੱਕ ਆਮ ਆਦਮੀ ਪਾਰਟੀ ਹੈ ਜਿਹੜੀ ਭਾਜਪਾ ਦੇ ਖਿਲਾਫ, ਨਰਿੰਦਰ ਮੋਦੀ ਦੇ ਖਿਲਾਫ ਤਗੜੇ ਹੋ ਕੇ ਲੜਾਈ ਲੜ ਰਹੀ ਹੈ। ਚਾਹੇ ਗੋਆ ਦੀ ਗੱਲ ਹੋਵੇ, ਚਾਹੇ ਗੁਜਰਾਤ ਦੀ ਗੱਲ ਹੋਵੇ, ਚਾਹੇ ਪੰਜਾਬ ਦੀ ਗੱਲ ਹੋਵੇ, ਚਾਹੇ ਹਰਿਆਣੇ ਦੀ ਗੱਲ ਹੋਵੇ, ਹਰ ਸਟੇਟ ਦੇ ਵਿੱਚ। ਅਤੇ ਪਹਿਲੀ ਵਾਰ ਹੋਇਆ ਕਿ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਜਿਹੜੇ ਵਿਰੋਧੀ ਧਿਰਾਂ ਦੇ ਆਗੂ ਹੈ, ਜਿਹੜੇ ਲੜਾਈ ਲੜਨ ਵਾਲੇ ਹਨ, ਉਹ ਚੱਕ ਚੱਕ ਕੇ ਖਿਲਾਫਾਂ ਦੇ ਪਿੱਛੇ ਦਿੱਤਾ ਜਾ ਰਿਹਾ। ਸੋ ਤੁਸੀਂ ਅੱਜ ਸਾਰੇ ਇਹ ਲੜਾਈ ਦੇ ਵਿੱਚ ਆਪਣਾ ਯੋਗਦਾਨ ਪਾਉਣ ਦੇ ਲਈ, ਭਾਰਤ ਵਾਸੀ ਹੋਣ ਦੇ ਨਾਤੇ, ਪੰਜਾਬੀ ਹੋਣ ਦੇ ਨਾਤੇ, ਕਿਉਂਕਿ ਜਿੰਨੀਆਂ ਵੀ ਲੜਾਈਆਂ ਇਸ ਮੁਲਕ ਦੇ ਲਈ ਹੋਈਆਂ, ਸਭ ਤੋਂ ਵੱਡਾ ਰੋਲ ਪੰਜਾਬੀਆਂ ਦਾ ਰਿਹਾ। ਤੁਸੀਂ ਸਾਰੇ ਉਸ ਲੜਾਈ ਦੇ ਵਿੱਚ ਆਪਣਾ ਮਾਨੋ ਮਰਨੋ ਪ੍ਰੰਤੀ ਪ੍ਰਧਾਨ ਮੰਤਰੀ ਹੋਣਗੇ ਔਰ ਇਸ ਵਿੱਚ ਗੁਲਾਮੀ ਦਾ ਮਾਹੌਲ ਪੈਦਾ ਹੋ ਜਾਊਗਾ। ਫਿਰ ਇਸ ਕਰਕੇ ਸਾਰੇ ਤਕੜੇ ਹੋ ਕੇ ਇਸ ਚੀਜ਼ ਨੂੰ ਉੱਪਰ ਚੱਕੋ ਔਰ ਆਪਣੇ ਆਪਣੇ ਇਲਾਕਿਆਂ ਵਿੱਚ, ਇਹ ਨਹੀਂ ਕਿ ਸੋਸ਼ਲ ਮੀਡੀਆ ਪਰ ਕਾਂਗਰਸ ਕੁਛ ਪਾ ਰਹੀ, ਬੀਜੇਪੀ ਕੁਛ ਪਾ ਰਹੀ, ਉਹਨੂੰ ਚੱਕ ਕੇ ਅਸੀਂ ਵੀ ਬੋਲਣ ਲੱਗ ਪਈਏ। ਚੱਲ ਰਿਹਾ ਇੱਦਾਂ ਦਾ ਕੇਜਰੀਵਾਲ।